ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਥਾਣਾ ਬਿਲਗਾ ਅਧੀਨ ਆਉਂਦੇ ਬਹੁਤ ਸਾਰੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ 6 ਮਹੀਨੇ ਦੀ ਮਿਹਨਤ ਨਾਲ ਪੁੱਤਾਂ ਵਾਂਗੂ ਕਾਲੀ ਫਸਲ ਅੱਗ ਨਾਲ ਸੜ ਕੇ ਸਵਾਹ ਹੋ ਗਈ। ਜਾਣਕਾਰੀ ਮੁਤਾਬਕ ਗੁਮਟਾਲੀ, ਗੁਮਟਾਲਾ, ਉੱਪਲ ਭੁੱਪਾ, ਉਮਰਪੁਰਾ, ਖੋਖੇਵਾਲ, ਲੱਦੜ ਕਲਾਂ, ਬੁਰਜ ਹਸਨ, ਪੁਆਦੜਾ ਆਦਿ ਪਿੰਡਾਂ ਵਿੱਚ 1000 ਏਕੜ ਦੇ ਕਰੀਬ ਕਣਕ ਸੜ ਕੇ ਸਵਾਹ ਹੋ ਗਈ, ਜਿਸ ਵਿੱਚ ਨਾੜ ਅਤੇ ਕਣਕ ਦੀ ਖੜੀ ਫਸਲ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਲਿਆ ਕੇ ਆਪਣੀ ਜਾਨ 'ਤੇ ਖੇਡ ਕੇ ਅੱਗ ਉੱਪਰ ਕਾਬੂ ਪਾਇਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਉਦੋਂ ਤੱਕ ਕਿਸਾਨਾਂ ਨੇ ਅੱਗ 'ਤੇ ਕਾਫ਼ੀ ਕਾਬੂ ਪਾ ਲਿਆ ਸੀ। ਬਿਲਗਾ ਤੋਂ ਕੈਮਰਾਮੈਨ ਦਵਿੰਦਰ ਜੌਹਲ ਦੇ ਨਾਲ ਸੰਜੀਵ ਵਰਮਾ ਦੀ ਰਿਪੋਰਟ। ਗੁਰਦਾਵਰ ਸਿੰਘ ਸਰਪੰਚ ਉੱਪਲ ਭੁੱਪੇ ਤੋਂ। ਅੱਗ ਦਾ ਪਤਾ ਨਹੀਂ ਲੱਗਾ ਕਿੱਦਾਂ ਲੱਗੀ ਆ, ਉੱਧਰ ਨਹਿਰ ਦੇ ਲਾਗੇ ਉਹ ਆਈ ਆ। ਅੱਗ ਹੋ ਗਿਆ 12 ਵਜੇ ਤੱਕ ਟਾਈਮ। ਅੱਛਾ ਜੀ, ਅਤੇ ਤੁਸੀਂ ਮਤਲਬ ਫੋਨ ਕੀਤਾ ਕਿਤੇ ਜਾਂ? ਅਸੀਂ ਇੱਥੇ ਪਿੰਡ ਅਨਾਊਂਸਮੈਂਟ ਕਰਾਈ, ਬੰਦੇ ਸਾਰੇ ਟੈਂਟ ਲੈ ਕੇ ਚਲੇ ਗਏ ਉਮਰਪੁਰੇ ਦੇ। ਜਦੋਂ ਆ ਕੇ ਲਾਗਲੇ ਪਿੰਡਾਂ 'ਚੋਂ ਆ ਗਈਆਂ ਤਾਂ ਉਹਨਾਂ ਨੇ ਵੀ ਫੋਨ ਕੀਤਾ ਸੀਗਾ, ਉਹਨਾਂ ਨੇ ਵੀ ਕਹਿੰਦੇ ਭੇਜ ਦਿੰਦੇ ਆ, ਪਰ ਆਈ ਬਹੁਤ ਲੇਟ ਆ। ਮੇਰਾ ਨਾਂ ਜੀ ਬੂਟਾ ਸਿੰਘ। ਪਿੰਡ ਜੀ? ਪਿੰਡ ਮੇਰਾ ਜੀ ਬੈਲਗਾ। ਮੈਂ ਇੱਥੇ ਠੇਕੇ 'ਤੇ ਲੈ ਕੇ ਜ਼ਮੀਨ ਬਹੁੰਦਾ ਜੀ। ਅੱਛਾ ਜੀ, ਹਾਂਜੀ। ਅਤੇ ਤੁਸੀਂ ਫੋਨ ਕੀਤਾ ਪ੍ਰਸ਼ਾਸਨ ਨੂੰ ਕਿਤੇ ਨੂੰ? ਅਸੀਂ ਅਜੇ ਤਾਂ ਜੀ ਅੱਗ ਵਜਾਉਣ ਵਿੱਚ ਅਸੀਂ ਫੋਨ ਕਰਕੇ ਪ੍ਰਸ਼ਾਸਨ ਨੂੰ ਸੱਦਿਆ ਸੀਗਾ। ਅੱਛਾ ਜੀ, ਹਾਂਜੀ। ਅਜੇ ਤਾਂ ਸਾਡੀ ਕੋਈ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਹੈਗੀ ਜੀ। ਅਤੇ ਕਿੰਨੇ ਵਜੇ ਅੱਗ ਲੱਗੀ ਤੁਹਾਨੂੰ ਕਦੋਂ ਪਤਾ ਲੱਗਾ? ਸਾਨੂੰ ਜੀ ਤਕਰੀਬਨ 10 ਮਿੰਟਾਂ ਬਾਅਦ ਹੀ ਪਤਾ ਲੱਗ ਗਿਆ। ਅਸੀਂ ਆਪਣੇ ਟਰੈਕਟਰ ਲਿਆਏ ਅੱਗ ਬੁਝਾਉਣ ਲਈ, ਪਰ ਕਾਬੂ ਕਾਬੂ ਨਹੀਂ ਹੋਈ। ਇਹ ਮੇਰਾ ਖਿਆਲ 12:30 ਵਜੇ ਦੀ ਗੱਲ ਹੈ। 12:30 ਪਤਾ ਨਹੀਂ ਹੈ ਸਾਡਾ ਮੌਸਮ ਪਿੰਡ ਸੀਗਾ, ਸਾਨੂੰ ਮਗਰੋਂ ਫੋਨ ਆਇਆ ਤਾਂ ਨਹਿਰ ਵੱਲ ਆਏ, ਇੱਧਰ ਦੀ ਲੰਘ ਨਾ ਸੀ ਹੁੰਦਾ, ਧੂੰਆਂ ਹੋ ਗਿਆ ਸੀ ਅੱਗੇ ਜ਼ਿਆਦਾ ਸੀ। ਅਤੇ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਤੁਹਾਡੇ ਕੋਈ? ਨਹੀਂ, ਕੋਈ ਨਹੀਂ ਜੀ। ਮੈਂ ਕਿਹਾ ਅਸੀਂ ਤਾਂ ਜਿੰਨੇ ਕਾਲ ਕੀਤੀ ਉਹਨਾਂ ਨੂੰ 112 ਨੰਬਰ 'ਤੇ 101 'ਤੇ ਕਿਸੇ ਨੇ ਕੋਈ ਨਹੀਂ ਪਹੁੰਚਿਆ ਇੱਥੇ। ਫੋਨ ਚੁੱਕਿਆ ਤੁਹਾਡਾ ਉੱਦਾਂ? ਨਹੀਂ ਨਹੀਂ, ਕਿਸੇ ਨੇ ਫੋਨ ਨਹੀਂ ਚੁੱਕਿਆ। ਹਾਂਜੀ, ਅੱਜ ਜਦੋਂ 12:30 ਪਤਾ ਲੱਗਿਆ, ਫੋਨ ਆਇਆ ਜਿੱਦਾਂ ਅੱਗ ਲੱਗ ਗਈ, ਅਸੀਂ ਫਿਰ ਆਏ ਮੌਕੇ 'ਤੇ ਪਹੁੰਚੇ ਅਤੇ ਉਹ ਇੱਦਾਂ ਅੱਗ ਵੀ ਅੱਜ ਹਵਾ ਚੱਲਦੀ ਕਰਕੇ ਵਿੱਚ ਕਿਤੇ ਨਾੜ ਕਿਤੇ ਕਣਕ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। 2 ਜਗ੍ਹਾ 'ਤੇ ਅੱਗ ਲੱਗੀ ਆ ਅਤੇ ਪਰ ਹੁਣ ਕੰਟਰੋਲ 'ਚ ਆ ਅਤੇ ਅਸੀਂ ਇਹਦੀ ਪਟਵਾਰੀ ਮੈਂ ਕਣਕਾਂ ਨੂੰ ਉਹਨਾਂ ਨੂੰ ਇਨਫੋਰਮ ਕਰਤਾ, ਬੁਲਾ ਲਿਆ ਵੀ ਇਮੀਜੀਏਟ ਇਹਨਾਂ ਦੀ ਰਿਪੋਰਟ ਤਿਆਰ ਕੀ ਤਾਂ ਜੋ ਗਵਰਨਮੈਂਟ ਨੂੰ ਭੇਜੀ ਜਾਵੇ ਅਤੇ ਇਹਨਾਂ ਨੂੰ ਜੋ ਬਣਦਾ ਜਿਨ੍ਹਾਂ ਦਾ ਨੁਕਸਾਨ ਅੱਜ ਵੀ ਇਹਨਾਂ ਦਿੱਤਾ ਜਾਵੇ। ਅੱਜ ਕਿਸਾਨਾਂ ਦਾ ਬਹੁਤ ਸਾਰੇ ਪਿੰਡਾਂ 'ਚ ਬਹੁਤ ਵੱਡਾ ਨੁਕਸਾਨ ਹੋਇਆ। ਜਦੋਂ ਜਿਹੜੀ ਖੜ੍ਹੀ ਫਸਲ ਸੀ ਕਣਕ ਦੀ, ਉਸਨੂੰ ਅੱਗ ਲੱਗ ਗਈ। ਕਈ ਪਿੰਡਾਂ ਦੇ ਵਿੱਚੋਂ ਦੀ ਇਹ ਅੱਗ ਘੁੰਮ ਕੇ ਆਈ ਆ, ਪਿੱਛੋਂ ਉਮਰਪੁਰੇ ਤੋਂ, ਉੱਪਲ ਭੁੱਪਾ ਤੋਂ, ਗੁਮਟਾਲੇ ਤੋਂ, ਬਿਲਗੇ ਦੇ ਵਿੱਚ ਦੀ, ਬਿਲਗੇ ਤੋਂ ਬਾਅਦ ਫਿਰ ਖੋਖੇਵਾਲ, ਸੰਘੋਵਾਲ, ਫਿਰ ਆਪਣੇ ਲੱਦੜਾਂ ਅਤੇ ਮੁੜ ਕੇ ਬੁਰਜ ਕੇਲਾ,
ਦੋ ਤਿੰਨ ਜਗ੍ਹਾ 'ਤੇ ਬਹੁਤ ਭਿਆਨਕ ਅੱਗ ਲੱਗੀ ਆ, ਜਿਸ ਨਾਲ ਤਕਰੀਬਨ ਅੰਦਾਜ਼ਾ ਲਾਉਂਦੇ ਸਾਰੇ ਕਿਸਾਨ ਖੜ੍ਹੇ ਨੇ ਵਿਚਾਰੇ, 500-700 ਟਰੈਕਟਰ ਲੈ ਕੇ ਸਾਰੇ ਪਿੰਡਾਂ ਦੇ ਕਿਸਾਨਾਂ ਨੇ ਅਤੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬੁਝਾ ਵੀ ਲਈ। ਕੁਛ ਬਾਅਦ 'ਚ ਫਾਇਰ ਬ੍ਰਿਗੇਡ ਵੀ ਆਈਆਂ, ਪਰ ਬਹੁਤ ਸਾਰੀ ਜਿਹੜੀ ਸੰਗਤ ਵੱਲੋਂ ਉਪਰਾਲਾ ਵੱਡਾ ਹੋਇਆ ਜਿਹਨਾਂ ਕਿ ਇਹ ਅੱਗ ਕਾਬੂ ਨੂੰ ਪਾਇਆ ਗਿਆ। ਅਤੇ ਜੋ ਅੰਦਾਜ਼ਾ ਲੱਗਦਾ ਆ, ਹਜ਼ਾਰਾਂ ਏਕੜ ਇਹਦੀ ਜਿਹੜੀ ਹੈਗੀ ਅੱਗ ਦੀ ਭੇਟ ਚੜ੍ਹ ਗਏ ਨੇ ਕਣਕ ਦੇ, ਅਤੇ ਕੁਛ ਜਿਹੜਾ ਨਾੜ ਕਣਕ ਵੱਢੀ ਸੀ ਨਾੜ ਵੀ ਉਹਦਾ ਸੜ ਗਿਆ ਅੱਗ ਦੇ ਨਾਲ। ਪਹਿਲਾਂ ਤਾਂ ਬਹੁਤ ਸਾਰੇ ਕਿਸਾਨਾਂ ਨਾਲ ਸਾਨੂੰ ਇਸ ਗੱਲ ਦਾ ਬੜਾ ਹਮਦਰਦੀ ਅਫਸੋਸ ਆ, ਬੜਾ ਮਨ ਖਰਾਬ ਹੁੰਦਾ। ਕਈ ਕਿਸਾਨ ਵਿਚਾਰੇ ਕਿ ਬੀਬੀਆਂ ਰੋ ਰਹੀਆਂ ਨੇ ਕਿ ਕਿਸਾਨ ਜਿਹਨਾਂ ਕੋਲ ਉਹੀ ਫਸਲ ਸੀਗੀ, ਕਿਸੇ ਕੋਲ 2 ਏਕੜ ਸੀ, ਕਿਸੇ ਕੋਲ 5 ਏਕੜ ਸੀ, ਕਿਸੇ ਕੋਲ 15 ਏਕੜ ਸੀ, ਇੱਕ ਪਰਿਵਾਰ ਦੀ 23 ਏਕੜ ਸੀ। ਸੋ ਜਿਵੇਂ ਜਿਵੇਂ ਦਾ ਉਹਨਾਂ ਦਾ ਸੀਗਾ ਕਣਕ, ਉਹਨਾਂ ਨੇ ਫਸਲ ਲਾਈ, ਉਹ ਨੁਕਸਾਨ ਹੋ ਗਿਆ ਉਸ ਕਣਕ ਦੀ ਜਿਹੜੀ ਸੋਹਣੇ ਰੰਗ ਦੀ ਫਸਲ ਦਾ, ਬਿਲਕੁਲ ਪੱਕੀ ਆ ਫਸਲ ਹੁਣ। ਅਤੇ ਬਹੁਤ ਵਿਚਾਰੇ ਧਾਹਾਂ ਮਾਰ ਰਹੇ ਨੇ, ਵਿਰਲਾਪ ਕਰ ਰਹੇ ਨੇ, ਅਤੇ ਬਹੁਤ ਜ਼ਿਆਦਾ ਉਹਨਾਂ ਦਾ ਮਨੋਬਲ ਡਿੱਗ ਗਿਆ। ਅਸੀਂ ਸਾਰੇ ਖੜ੍ਹੇ ਹਾਂ ਪਬਲਿਕ ਦੇ ਨੁਮਾਇੰਦੇ, ਅਤੇ ਇਹ ਡਿਮਾਂਡ ਕਰਦੇ ਹਾਂ, ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਹਦੀ ਗਿਰਦਾਵਰੀ ਕਰਵਾਈ ਜਾਵੇ, ਇਹਦਾ ਜਾਇਜ਼ਾ ਲਿਆ ਜਾਵੇ, ਤਾਂ ਜਿਹਨਾਂ ਜਿਹਨਾਂ ਦੀ ਵਿਚਾਰਿਆਂ ਕਿਸਾਨਾਂ ਦੀ ਕਣਕ ਸੜੀ ਆ ਜਾਂ ਜਿੱਦਾਂ ਦਾ ਵੀ ਨੁਕਸਾਨ ਹੋਇਆ, ਉਹਨਾਂ ਦਾ ਜਿਹੜਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਦੇਖੋ ਐਤਕੀ ਫਸਲ ਬਹੁਤ ਚੰਗੀ ਸੀ, 22-23 ਏਕੜ ਕੁਇੰਟਲ ਜਿਹੜਾ ਝਾੜ ਨਿਕਲ ਰਿਹਾ ਪ੍ਰਤੀ ਏਕੜ ਦਾ, ਬਹੁਤ ਵਧੀਆ ਫਸਲ ਸੀ। ਕਾਰਨ ਪਤਾ ਲੱਗਾ ਅੱਗ ਲੱਗਣ ਦਾ ਕਾਰਨ? ਉਹਦੇ ਨਾਲ ਉਹ ਵੀ ਦੱਸਦੇ ਹਾਂ, ਉਹਦੇ ਨਾਲ ਇਹ ਵੀ 40-40 ਹਜ਼ਾਰ ਦੀ ਕਣਕ ਨਿਕਲ ਰਹੀ ਹੈ ਖੇਤ 'ਚੋਂ। ਸੋ ਸਰਕਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ। ਅਤੇ ਦੂਸਰੀ ਗੱਲ, ਜਿਹੜਾ ਅੱਗ ਦਾ ਕੀ ਕਾਰਨ ਬਣਿਆ, ਕਿੱਥੋਂ ਸ਼ੁਰੂ ਹੋਈ ਆ, ਜੋ ਦੱਸਦੇ ਨੇ ਸਾਰੇ ਕਿਸਾਨ ਆਪਣੇ ਪਿੰਡਾਂ ਦੇ ਲੋਕ, ਜਿਹੜੀਆਂ ਜਦੋਂ ਕਣਕ ਦੇ ਕਟਾਈ ਕਰਕੇ ਤਾਂ ਤੂੜੀ ਬਣਾਉਣ ਜਾਂਦੀਆਂ ਮਸ਼ੀਨਾਂ, ਉਹ ਜਦੋਂ ਚੱਲਦੀਆਂ ਨੇ ਉਹਨਾਂ ਤੋਂ ਕੋਈ ਕਿਤੇ ਨਾ ਕਿਤੇ ਕੋਈ ਸਪਾਰਕਿੰਗ ਹੁੰਦੀ ਆ ਜਾਂ ਕੋਈ ਗਰਮ ਹੋ ਜਾਂਦੀ ਆ ਮਸ਼ੀਨ, ਉਹਦਾ ਕਾਰਨ ਬਣਿਆ। ਇੱਥੇ ਵੀ ਅਸੀਂ ਲੱਦੜੀ ਖੜ੍ਹੇ ਹਾਂ, ਸਾਹਮਣੇ ਦਿਸਦਾ ਆ ਉਹ ਖੇਤ ਜਿੱਥੋਂ ਅੱਗ ਸ਼ੁਰੂ ਹੋਈ ਆ, ਇੱਥੇ ਤਕਰੀਬਨ 100 ਖੇਤ ਤੋਂ ਵੱਧ ਸੜਿਆ ਇੱਥੇ। ਤਾਂ ਜਿਹੜੀ ਪਿੱਛੋਂ ਆਈ ਆ ਉੱਥੋਂ ਉਮਰਪੁਰੇ ਤੋਂ ਭੜਭੂਪੇ ਤੋਂ, ਉਹ ਤਾਂ ਮੇਰੇ ਖਿਆਲ 1000 ਏਕੜ ਸੜ ਗਏ ਆ, ਉਹ ਵੀ ਤੂੜੀ ਦੀ ਮਸ਼ੀਨ ਜਿਹੜੀ ਤੂੜੀ ਬਣਾ ਰਹੀ ਸੀ ਕਣਕ ਕੱਟਣ ਤੋਂ ਬਾਅਦ। ਉਹ ਵਜ੍ਹਾ ਲੱਗਦੀ ਹੈ ਕਿ ਉਸ ਮਸ਼ੀਨ ਤੋਂ ਕੋਈ ਨਾ ਕੋਈ ਸਪਾਰਕ ਜਾਂ ਕਿਤੋਂ ਗਰਮ ਹੋਈ ਕੋਈ ਤਾਰ ਜਾਂ ਕੋਈ ਡੀਜ਼ਲ ਕਰਕੇ ਕਾਰਨ ਬਣਿਆ ਕਿ ਉਸ ਮਸ਼ੀਨ ਆਪਣੇ ਦੇ ਰਾਹੀਂ ਅੱਗ ਲੱਗੀ ਆ। ਸੋ ਚਲੋ ਜੋ ਵੀ ਕਾਰਨ ਹੈਗਾ ਆ, ਇਹਦਾ ਸਰਕਾਰ ਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਇਹ ਅਕਸਰ ਆਪਣੇ ਲੋਕ ਇਹ ਵੀ ਮੰਗ ਕਰਦੇ ਆ ਕਿ ਕਈ ਜ਼ਿਲ੍ਹਿਆਂ 'ਚ ਤੂੜੀ ਵਾਲੀਆਂ ਮਸ਼ੀਨਾਂ ਵੀ ਬੰਦ ਕਰਤੀਆਂ ਜ਼ਿਲ੍ਹਾ ਪ੍ਰਸ਼ਾਸਨ, ਜਿਹਨਾਂ ਤੀਕਰ ਸਾਰੀ ਕਣਕ ਨਹੀਂ ਵੱਢ ਹੁੰਦੀ, ਉਸ ਤੋਂ ਬਾਅਦ ਫਿਰ ਜਿਹੜਾ SDM ਅਲਾਓ ਕਰੇ ਉਹ ਤੂੜੀ ਦੀ ਮਸ਼ੀਨਾਂ ਉਦੋਂ ਚੱਲਣ, ਪਹਿਲਾਂ ਤੂੜੀ ਦੀ ਮਸ਼ੀਨਾਂ ਨਾ ਚਲਾਈਆਂ ਜਾਣ। ਇਹ ਵੀ ਇੱਕ ਆਪਣੇ ਜ਼ਰੂਰੀ ਉਪਰਾਲਾ ਕਰਨ ਦੀ ਲੋੜ ਆ, ਜਿਹੜਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਕ ਤਾਂ ਇਹ ਬੇਨਤੀ ਕਰਦੇ ਹਾਂ, ਅਤੇ ਦੂਸਰਾ ਸਭ ਤੋਂ ਵੱਡੀ ਜਿਹੜੀ ਹੈਗੀ ਆ ਲੋੜ ਆ, ਮੰਗ ਆ, ਜਾਂ ਜਿਹੜਾ ਵਿਚਾਰਾ ਆਸਰਾ ਹੋਣਾ ਕਿਸਾਨਾਂ ਨੂੰ ਹੈ ਕਿ ਇਹਨਾਂ ਕਿਸਾਨਾਂ ਨੂੰ ਜਿਹੜਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਜਿਹੜੀ ਸੋਹਣੇ ਰੰਗੀ ਫਸਲ ਇਹਨਾਂ ਵਿਚਾਰੇ ਕਿਸਾਨਾਂ ਦੀ ਸੜ ਕੇ ਸੁਆਹ ਹੋ ਗਈ ਆ। ਸੋ ਬਹੁਤ ਅਫਸੋਸ ਆ, ਬਹੁਤ ਨੁਕਸਾਨ ਹੋਇਆ ਸਾਰੇ ਪਿੰਡਾਂ ਦੇ ਵਿੱਚ, ਇਸ ਗੱਲ ਦਾ ਬੜਾ ਹੈਗਾ ਆਪਣੇ ਦਹਿਲ ਪੈ ਗਿਆ ਇਸ ਗੱਲ ਦਾ, ਬਹੁਤ ਹੀ ਲੋਕਾਂ ਨੇ ਆਪਣਾ ਘਾਟਾ ਮਨਾਇਆ ਕਿ ਹੁਣ ਖੜ੍ਹੀ ਫਸਲ 'ਤੇ ਕਹਿ ਲਓ ਅੱਗ ਲੱਗ ਗਈ ਆ। ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਜ਼ਰੂਰ ਇਹਦੇ ਵੱਲ ਧਿਆਨ ਦੇ ਕੇ ਜਲਦੀ ਪੈਸੇ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਕਿਸਾਨਾਂ ਨੂੰ ਆਸਰਾ ਬਣ ਸਕੇ। ਅੱਜ ਥਾਣੇ ਪਤਾ ਲੱਗਾ ਕਿ ਉਮਰਪੁਰੇ ਪਿੰਡ ਕੋਲ ਨਾ ਅਚਾਨਕ ਕਣਕ ਨੂੰ ਅੱਗ ਲੱਗ ਗਈ ਸੀ, ਜਿਸ 'ਤੇ ਇਮੀਡੀਏਟ ਮੌਕੇ 'ਤੇ ਪਹੁੰਚੇ ਅਸੀਂ ਸਾਰੇ ਜਾਣੇ, ਫਾਇਰ ਬ੍ਰਿਗੇਡ ਨੂੰ ਇਨਫੋਰਮ ਕੀਤਾ ਨਕੋਦਰ, ਜਿੱਥੋਂ 2 ਗੱਡੀਆਂ ਇਮੀਡੀਏਟ ਜਿਹੜੀਆਂ ਉੱਥੇ ਮੌਕੇ 'ਤੇ ਪਹੁੰਚ ਗਈਆਂ ਸੀ।
ਅਤੇ ਉਸ ਤੋਂ ਇਲਾਵਾ ਫਿਰ ਜਲੰਧਰ ਮਾਨਯੋਗ ਡੀ ਸੀ ਸਾਹਿਬ ਨੂੰ, ਐੱਸ ਐੱਸ ਪੀ ਸਾਹਿਬ ਨੂੰ, ਸੀਨੀਅਰ ਅਫਸਰਾਂ ਨੂੰ, ਜਿਹੜਾ ਸਾਰਿਆਂ ਨੂੰ ਇਹਦੇ ਬਾਰੇ ਦੱਸਿਆ ਗਿਆ। ਅੱਗ ਬਹੁਤ ਜ਼ਿਆਦਾ ਜਿਹੜੀ ਉਹ ਲੱਗ ਗਈ ਸੀਗੀ, ਜਿਹਦੇ ਸੰਬੰਧ 'ਚ ਪਬਲਿਕ ਨੇ ਬਹੁਤ ਸਾਥ ਦਿੱਤਾ। ਡਾਇਰੈਕਟਰ ਜਿਹੜੇ ਕਾਫੀ ਪਿੰਡਾਂ 'ਚ ਅਨਾਊਂਸਮੈਂਟ ਕਰਾਉਣ ਦੇ ਨਾਲ ਹੀ ਪਬਲਿਕ ਜਿਹੜੀ ਬਾਹਰ ਆ ਗਈ ਸੀ, ਅਤੇ ਹੁਣ ਉਹਨਾਂ ਲਗਭਗ ਹੋਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਉਣ ਨਾਲ ਅਤੇ ਕੰਟਰੋਲ ਹੁਣ ਹੋ ਚੁੱਕਾ ਸਾਰੇ। ਸਰ ਹੁਣ ਤੱਕ ਕਿੰਨਾ ਨੁਕਸਾਨ ਹੋ ਚੁੱਕਾ? ਅਜੇ ਐਸਟੀਮੇਟ ਆਪਾਂ ਲਾ ਲਾਂਗੇ, ਆਪਣੇ ਕਾਫੀ ਨੁਕਸਾਨ ਦੱਸਦੇ ਆ। ਹੁਣ ਇੱਕ ਵਾਰੀ ਉਮਰਪੁਰੇ ਤੋਂ ਲੈ ਕੇ ਸਾਰਾ ਜ਼ਿਮੀਂਦਾਰਾਂ ਨੂੰ ਪਤਾ, ਉਹਨਾਂ ਕੋਲ ਪੁੱਛ ਕੇ ਪਤਾ ਲੱਗੇਗਾ ਕਿ ਕਿਹਦੀ ਕਿੰਨੇ ਕਿੰਨੇ ਕਿੱਲੇ ਸੀ ਜ਼ਮੀਨ, ਫਿਰ ਆਪਾਂ ਗ੍ਰੈਂਡ ਟੋਟਲ ਲਾ ਕੇ ਲਾ ਲਾਂਗੇ। ਅੱਗੇ ਕੋਈ ਪੂਰਾ ਦੱਸ ਨਹੀਂ ਰਹੇ ਕਿ ਕਿੰਨਾ ਕੋਈ ਨੁਕਸਾਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੱਥੇ ਕਿੱਥੋਂ ਆਈਆਂ? ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣੀਆਂ ਆ ਗਈਆਂ, ਫਗਵਾੜਾ, ਨਕੋਦਰ, ਜਲੰਧਰ, ਫਲੌਰ, ਜਿੰਨੇ ਵੀ ਨੇੜੇ ਨੇੜੇ ਤੋਂ ਜਿੰਨੀ ਜਲਦੀ ਹੋ ਸਕੀਆਂ ਉਹਨਾਂ ਨੇ ਹੈੱਡਕੁਆਟਰ ਤੋਂ ਭੇਜ ਦਿੱਤੀਆਂ ਗਈਆਂ।